ਇਹ ਹੈ ਜੀ ਗਿੱਦੜਬਾਹਾ ਦਾ ਮੁਹੱਲਾ ਬੈਂਟਾਬਾਦ। ਇਹ ਗੁਰਦੁਆਰਾ ਸਾਹਿਬ ਦੇ ਕੋਲ ਹੈ ਜੀ ਸੀਵਰੇਜ ਬੰਦ। ਇਸ ਮੁਹੱਲੇ ਦਾ, ਇਸ ਸੀਵਰੇਜ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ, ਕਿਉਂਕਿ ਲੀਡਰਾਂ ਨੂੰ ਤਾਂ ਵੋਟਾਂ ਚਾਹੀਦੀਆਂ ਨੇ, ਸਿਰਫ ਵੋਟਾਂ ਤੱਕ ਹੀ ਸਹਿਮਤ ਨੇ। ਮੁਹੱਲਾ ਨਿਵਾਸੀ ਕਿਸ ਤਰ੍ਹਾਂ ਜੀ ਰਹੇ ਨੇ ਨਰਕ ਦੀ ਜ਼ਿੰਦਗੀ 'ਚ, ਇਸ ਸੰਬੰਧੀ ਅਸੀਂ ਮੁਹੱਲਾ ਨਿਵਾਸੀਆਂ ਨਾਲ ਗੱਲ ਕਰਦੇ ਹਾਂ, ਦਿਖਾਵਾਂਗੇ ਇਸ ਚੈਨਲ 'ਤੇ। ਆਹ ਦੇਖ ਲਓ ਜੀ ਕਿਸ ਤਰ੍ਹਾਂ ਗੰਦੇ ਪਾਣੀ ਦੇ ਵਿੱਚ ਟੱਪਣਾ ਪੈਂਦਾ ਲੋਕਾਂ ਨੂੰ। ਸੋ ਇਸ ਸੰਬੰਧੀ ਮੁਹੱਲਾ ਨਿਵਾਸੀਆਂ ਨਾਲ ਗੱਲ ਕਰਦੇ ਹਾਂ ਜੀ। ਦੇਖੋ ਕਿਵੇਂ ਲੋਕਾਂ ਨੂੰ ਟੱਪਣਾ ਪੈਂਦਾ ਇਸ ਗੰਦੇ ਪਾਣੀ ਦੇ ਵਿੱਚ, ਇੰਨੀ ਗੰਦੀ ਬਦਬੋ ਮਾਰ ਰਹੀ ਹੈ। ਪਰ ਸਿਆਸੀ ਲੀਡਰ ਸਿਰਫ ਵੋਟਾਂ ਦੇ ਚਾਹਵਾਨ ਨਹੀਂ, ਇਸ ਹਲਕੇ ਤੋਂ ਦੋ ਵਾਰ ਵਿਧਾਇਕ ਬਣ ਚੁੱਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਚੋਣਾਂ ਸਮੇਂ ਤਾਂ ਬੜੇ ਵਾਅਦੇ ਕੀਤੇ, ਕਹਿੰਦੇ ਜੀ ਅਸੀਂ ਕੀ ਨਾਂ ਜੀ ਤੁਹਾਡਾ, ਕੀ ਕਹਿਣਾ ਚਾਹੁੰਦੇ ਸੀਵਰ ਬਾਰੇ ਤੁਸੀਂ? ਡੈਲੀ ਭਰੇ ਰਹਿੰਦੇ ਆ, ਇੱਥੇ ਡੈਲੀ ਦਾ ਕੰਮ ਹੈ, ਅੰਦਰ ਵੀ ਨਹੀਂ ਬੈਠਾ ਜਾਂਦਾ, ਮੈਂ ਬਦਬੋ ਮਾਰਦੀ ਹੈ ਇੱਥੇ, ਸੀਵਰ ਭਰੇ ਰਹਿੰਦੇ ਆ, ਫੁੱਲ ਭਰੇ ਰਹਿੰਦੇ ਆ। ਨਹੀਂ, ਇਸ ਬਾਰੇ ਤੁਸੀਂ ਕਮੇਟੀ ਵਾਲਿਆਂ ਨੂੰ ਕਿਹਾ? ਕਮੇਟੀ ਵਾਲਿਆਂ ਨੂੰ ਬਹੁਤ ਵਾਰੀ ਕਹਿੰਦਾ, ਐਮਸੀਆਂ ਨੂੰ ਕਹਿੰਦਾ, ਕੋਈ ਗੱਲ ਨਹੀਂ ਹੁੰਦਾ ਗਾ। ਤੇ ਆਪਣੇ ਹਲਕੇ ਦੇ ਵਿਧਾਇਕ ਸਾਹਿਬ? ਹਾਂ, ਕੋਈ ਨਹੀਂ ਗੱਲ ਸੁਣਦਾ ਜੀ, ਇੱਥੇ ਭਰੇ ਹੀ ਰਹਿੰਦਾ, ਗੁਰਦੁਆਰਾ ਸਾਹਮਣੇ ਆ, ਗੁਰਦੁਆਰੇ ਦੇ ਭੋਗ ਹੁੰਦਾ ਗਾ, ਇੱਥੇ ਰਿਸ਼ਤੇਦਾਰ ਆ ਕੇ ਗਾਲਾਂ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਕੇ ਪ੍ਰਸ਼ਾਸਨ ਨੂੰ ਧਿਆਨ ਦਵਾਇਆ ਜਾਂਦਾ ਹੈ, ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ। ਸੀਵਰ ਦਾ ਪਾਣੀ ਬਹੁਤ ਪ੍ਰਕਟ ਹੈ, ਆਉਣ ਜਾਣ ਰਾਹੀਆਂ ਨੂੰ ਵੀ ਦਿੱਕਤ ਆਉਂਦੀ ਹੈ, ਕਿਰਪਾ ਕਰਕੇ ਇਸ ਵੱਲ ਧਿਆਨ ਦਵਾਇਆ ਜਾਂਦਾ ਹੈ, ਇਸ ਦਾ ਸੁਧਾਰ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕੀ ਕਹਿਣਾ ਚਾਹੁੰਦੇ ਬਾਬਾ ਜੀ ਸੀਵਰ ਬਾਰੇ ਤੁਸੀਂ? ਸੀਵਰ ਬਾਰੇ ਜੇ ਮੀਂਹ ਪੈਂਦਾ ਹੋਵੇ ਨਾ ਪੈਂਦਾ ਹੋਵੇ, ਇੱਥੇ ਗੁਰੂ ਘਰ ਕੋਲ ਐਂ ਨਰਕ ਵੱਜਿਆ ਰਹਿੰਦਾ, ਕਿਤੇ ਸੁੱਕਾ ਰਹਾ ਨਹੀਂ ਰਹਿੰਦਾ, ਸੰਗ ਨੂੰ ਲੰਘਣਾ ਟੱਪਣ ਬਹੁਤ ਔਖਾ ਹੈ, ਅਤੇ ਗੁਰੂ ਘਰ ਕੋਲ ਬਹੁਤ ਬੇਆਬਦੀ ਹੈ, ਗੰਦਾ ਪਾਣੀ ਗੁਰੂ ਘਰ ਦੇ ਨਾਲ ਖੜ੍ਹਾ ਰਿਹਾ, ਕੋਈ ਇਸ ਲੀਡਰ ਤੋਂ ਇਸ ਤਰ੍ਹਾਂ ਹੀ ਨਹੀਂ ਕਰ ਰਹੇ ਸਾਡੇ 'ਚ ਜਾ ਕੇ। ਇਸ ਕਰਕੇ ਸਰਕਾਰ ਨੂੰ ਚਾਹੀਦਾ, ਜੋ ਵੀ ਭਾਵਾਂ ਅਕਾਲੀ ਲੀਡਰ ਹੈ ਭਾਵਾਂ ਕਾਂਗਰਸ ਲੀਡਰ ਹੈ, ਉਹ ਆਣ ਕੇ ਇਹਦਾ ਮਸਲਾ ਹੱਲ ਕਰਨ, ਅਤੇ ਨਹੀਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਵੋਟਾਂ ਵਾਪੇ ਆਣ ਕੇ ਖੜ੍ਹ ਜਾਂਦੇ, ਅਸੀਂ ਤੁਹਾਡਾ ਕੰਮ ਸਵਾਰਾਂਗੇ। ਹੁਣ ਕੋਈ ਸੜਕ ਨਹੀਂ ਉੱਚੀ ਕਰਦਾ, ਨਾ ਕੋਈ ਸੀਰਾਂ ਨਾ ਕੋਈ ਕੱਢਦਾ ਹੈ, ਮੋਟਰਾਂ ਵੀ ਨਹੀਂ ਚਲਾਉਂਦਾ ਕੋਈ। ਇਸ ਕਰਕੇ ਸਾਡੇ ਸਾਰੇ ਮਹੱਲੇ ਦਾ ਇਹ ਬੇਨਤੀ ਹੈ ਕਿ ਇਸ ਸੀਵਰ ਬਾਰੇ ਕੋਈ ਸੋਚਿਆ ਜਾਵੇ, ਇਹਦਾ ਪਾਣੀ ਬਾਹਰ ਕੱਢਿਆ ਜਾਵੇ। ਬੜੀ ਖਾਲਸਾ ਵਾਲੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਪ੍ਰਧਾਨ ਜੀ ਸੀਵਰ ਬਾਰੇ? ਨਹੀਂ, ਕੀ ਕਹਿਣਾ ਚਾਹੁੰਦੇ ਹੋ ਵੀ ਕੀ ਹਾਲ ਹੈ ਸੀਵਰ ਦਾ, ਇਹ ਦੱਸੋ ਨਾ ਰੋਣਾ। ਹੈਂ, ਬੁਰਾ ਹਾਲ ਹੈ, ਕਮੇਟੀ ਨੂੰ ਚਾਹੀਦਾ ਸਹੀ ਕਰਨ, ਸਰਕਾਰ ਦਾ ਕੁਛ ਕਰਦੀ ਨਹੀਂ, ਸਰਕਾਰ ਨੂੰ ਕਰਨਾ ਚਾਹੀਦਾ।